ਜੀ ਕਿਸਾਨ ਵੀਰੋ ਸਭ ਦਾ ਸਵਾਗਤ ਹੈ ਜੀ ਤੇ ਦੋਸਤੋ ਅੱਜ ਤੁਹਾਨੂੰ ਇੱਕ ਖਾਸ ਚੀਜ਼ ਦਿਖਾ ਰਹੇ ਹਾਂ ਜੀ ਕਿਉਂਕਿ ਪਾਣੀ ਦੀ ਸਮੱਸਿਆ ਜਿਹੜੀ ਹੈ ਉਹ ਬਹੁਤ ਹੀ ਗੰਭੀਰ ਰੂਪ ਧਾਰੀ ਦੀ ਜਾਂਦੀ ਹੈ ਪੰਜਾਬ ਦੇ ਵਿੱਚ ਤੇ ਕੁਝ ਇਸ ਤਰ੍ਹਾਂ ਦੇ ਵੀ ਰੱਬ ਦੇ ਬੰਦੇ ਨੇ ਜਿਹੜੇ ਪਾਣੀ ਦੀ ਬਹੁਤ ਜ਼ਿਆਦਾ ਸਾਂਭ ਸੰਭਾਲ ਕਰਦੇ ਨੇ ਤੇ ਪਾਣੀ ਨੂੰ ਸੰਭਾਲਣ ਬਾਰੇ ਬਹੁਤ ਫਿਕਰਮੰਦ ਨੇ ਤੇ ਇਹ ਆਏ ਆਗੇ ਮੈਂ ਬਾਬਾ ਜਰਨੈਲ ਸਿੰਘ ਜੀ ਜਿਹੜੇ ਨੇ ਪਿੰਡ ਰਾਮਗੜ੍ਹ ਤੋਂ ਇਹਨਾਂ ਦੇ ਖੇਤ ਆਏ ਸੀ ਜੀ ਇਹਨਾਂ ਦਾ ਕੰਮ ਬਹੁਤ ਵਧੀਆ ਲੱਗਾ ਇਹਨਾਂ ਨੇ ਪੁਰਾਣੇ ਖੂਹ ਦੇ ਵਿੱਚ ਜਾਨੀ ਬੋਰ ਕੀਤਾ ਹੋਇਆ ਸਮਰਸੀਵਲ ਤੇ ਇਹ ਖੂਹ ਜਿਹੜੀ ਇਹਦੀ 10 ਕਫੋਟੇ ਬਸ ਡੰਗਾਈ ਜਿਹੜੀ ਹੈ ਤੇ ਇਹ ਦੇ ਵਿੱਚ ਜਿਹੜਾ بارش ਦਾ ਵਾਧੂ ਪਾਣੀ ਹੁੰਦਾ ਇਹਨਾਂ ਨੇ ਇਹਦੇ ਵਿੱਚ ਦੀ ਨੀਚੇ ਇਥੋਂ ਪਾਈਪ ਦੱਬਿਆ ਹੋਇਆ ਤੇ ਉਧਰੋਂ ਖਾਲ ਵੱਲੋਂ ਪਾਣੀ ਇਕੱਠਾ ਕਰਕੇ ਲਿਆ ਕੇ ਇਹਦੇ ਵਿੱਚ ਪਾ ਦਿੰਦੇ ਨੇ ਤੇ ਜਦੋਂ ਪਾਣੀ ਜ਼ਿਆਦਾ ਹੁੰਦਾ بارش ਦਾ ਸੋ ਪਾਣੀ ਇਹ ਕਹਿੰਦੇ ਜੀਰ ਜਾਂਦਾ ਖੇਤ ਦੇ ਵਿੱਚ ਤੇ ਹਾਂਜੀ ਬਾਬਾ ਜਰਨੈਲ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੇ ਇਹ ਜਿਹੜਾ ਕਿੰਨਾ ਕੁ ਦੇਰ ਹੋ ਗਈ ਜੀ ਤੁਹਾਡੇ ਕਦੋਂ ਮਨ ਚ ਵਿਚਾਰਿਆ ਸੀ ਵੀ ਆਪਾਂ ਪਾਣੀ ਜਿਹੜਾ ਇਹਦੇ ਵਿੱਚ ਖੇਤ ਦੇ ਕੋਈ ਦੇ ਵਿੱਚ ਪਾ ਦਈਏ ਇਹ ਅਸੀਂ 10 ਸਾਲਾਂ ਤੋਂ ਇਹ ਪਾਣੀ ਇਕੱਠਾ ਨੇ ਸਾਫ ਸਾਫ ਪਾਣੀ ਕੁਰੀ ਦੇ ਵਿੱਚ ਪਾਉਂਦੇ ਆਉਂਦੇ ਆ ਕਿ ਇਹਦੇ ਕਾਰਨ ਪਾਣੀ ਦੀ ਬਚਤ ਵੀ ਹੁੰਦੀ ਆ ਹੂੰ ਤੇ ਪਾਣੀ ਨੀਚੇ ਵੀ ਵੱਧਦਾ ਰਹਿੰਦਾ ਠੀਕ ਹੈ ਜੀ ਤੇ ਵੇਸਟ ਨਹੀਂ ਜਾਂਦਾ ਹੈਗਾ ਠੀਕ ਹੈ ਜੀ ਤੇ ਆਪਣੇ ਸਭ ਵਾਸਤੇ ਹੀ ਇਹ ਮਤਲਬ ਲਾਹੇਵੰਦ ਆ ਠੀਕ ਹੈ ਪਾਣੀ ਡੂੰਘੇ ਨਹੀਂ ਜਾਊਗਾ ਆਪਾਂ ਨੂੰ ਟੋਟਾ ਨਹੀਂ ਪਾਉਣਾ ਪਊਗਾ ਰੇਤਾ ਦਾ ਜਿੰਨਾ ਵੀ ਸਾਫ ਪਾਣੀ ਆ ਬਚਦਾ بارش ਦਾ ਖੂਏ ਦੇ ਵਿੱਚ ਪਾ ਦਿੰਨੇ ਆ ਨਾਲੇ ਵਿੱਚੋਂ ਬੋਰ ਚੱਲੀ ਜਾਂਦਾ ਕੋਈ ਨੁਕਸਾਨ ਵਾਲੀ ਗੱਲ ਹੈ ਨਹੀਂ ਠੀਕ ਹੈ ਜੀ ਬਹੁਤ ਮਿਹਰਬਾਨੀ ਜੀ ਵੇਖੋ ਕਿਸਾਨ ਵੀਰੋ ਇਹ ਸਭ ਤੋਂ ਵਧੀਆ ਕਿਉਂਕਿ ਪਾਣੀ ਜਿਹੜਾ ਬਿਲਕੁਲ ਇਹਨਾਂ ਦੀ ਜਿਹੜੀ ਇਹ ਖੂਈ ਹੈ ਤੇ ਇਹਨਾਂ ਨੇ ਦੱਸਿਆ ਸੀ ਇਹ ਕਾਫੀ ਜਿਆਦੀ ਡੂੰਗੀ ਸੀ 50 60 ਫੁੱਟ ਇਹਨਾਂ ਨੇ ਰੇਤਾ ਪਾ ਕੇ ਭਰ ਕਿ ਉਹਨੂੰ ਤੇ ਸਮਰਸੀ ਵਾਲ ਬੋਰ ਦੇ ਵਿੱਚ ਤੇ ਰੇਤਾ ਪੈਣ ਨਾਲ ਜੀਂਦ ਨਾਲੇ ਭਰੀ ਹੋਈ ਏ ਤੇ ਪਾਣੀ ਬਿਲਕੁਲ ਸਾਫ ਹੋ ਕੇ ਫੇਰ نیچے ਜ਼ਮੀਨ 'ਚ ਜਾਂਦਾ ਤੁਹੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜਰਨੈਲ ਸਿੰਘ ਜੀ ਬਹੁਤ ਮਿਹਰਬਾਨੀ